बिस्मिल्लाहिर्रहमानिर्रहीम। अस्सलाम वालेकुम दोस्तों, आप देख रहे हैं एतमाद टीवी और मैं हूँ आपका दोस्त मंजूर अहमद। दोस्तों माशाल्लाह पहले दी तरह तुहाडे वास्ते अज तुहाडा बई लै के हाज़र होया एक रावी नसल दी मझ, प्योर रावी नसल दी मझ। इहनू गवाल दी समझ लवो, इहनू दुध वाली समझ लवो। ये दोस्तों कैमरामैन दिखा रहे हैं, माशाल्लाह बड़ी खूबसूरत तगड़ी मझ। ਇਹਨੂੰ ਦੇਖਣ ਤੋਂ ਪਹਿਲਾਂ ਦੋਸਤੋ ਸਾਡੀ ਰਿਕੁਐਸਟ, ਸਾਡੀ ਅਰਜ਼ ਤੁਹਾਡੇ ਅੱਗੇ ਇਹ ਹੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਪਸੰਦ ਆਇਆ ਦੋਸਤਾਂ ਨਾਲ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਰੋਜ਼ਾਨਾ ਦੀ ਨਹੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ। ਦੋਸਤੋ ਅਸੀਂ ਤੁਹਾਡੇ ਦੋਸਤਾਂ ਦੀ ਖਿਦਮਤ ਵਿੱਚ ਕਾਫੀ ਸਫ਼ਰ ਕਰਕੇ ਜਿਹੜਾ ਨਾ ਅੱਛੇ, ਅਤੇ ਕੋਸ਼ਿਸ਼ ਇਹ ਹੀ ਹੁੰਦੀ ਕਿ ਨਸਲੀ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਏ। ਅੱਜ ਅਸੀਂ ਆਏ ਹਾਂ ਦਰਿਆ ਰਾਵੀ ਦੱਕਣ ਦਾ ਹੈ ਮੌਜ਼ਾ ਕਿਲਿਆਂ ਵਾਲਾ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਬਿਲਕੁਲ ਦਰਿਆ ਰਾਵੀ ਦੇ ਕੰਧੇ 'ਤੇ ਜਿੱਥੇ ਇਹ ਮੱਝਾਂ ਫਿਰ ਰਹੀਆਂ ਨੇ, ਚਰ ਰਹੀਆਂ ਨੇ। ਇਹ ਦਰਿਆ ਰਾਵੀ ਦੀ ਜ਼ਮੀਨ ਹੈ ਬਿਲਕੁਲ ਨਜ਼ਦੀਕ, ਤੁਹਾਨੂੰ ਸ਼ਾਇਦ ਕਿ ਉੱਧਰੋਂ ਕੋਈ ਝਲਕ ਨਜ਼ਰ ਵੀ ਆਵੇ ਦਰਿਆ ਰਾਵੀ ਦੀ। ਪਿਓਰ ਰਾਵੀ ਨਸਲ ਦੀ ਮੱਝ ਦੋਸਤੋ, ਔਰ ਇਹਦੀ ਜਿਹੜੀ ਇਹਨਾਂ ਡਿਟੇਲ ਇਸ ਤਰ੍ਹਾਂ ਹੈ ਕਿ ਤੀਸਰਾ ਸੂਆ ਬਕੌਲ ਮਾਲਕਾਂ ਦੇ, ਮਾਲਕ ਕਹਿ ਰਹੇ ਨੇ ਕਿ ਤੀਸਰਾ ਸੂਆ ਮੱਝ ਨੇ ਸੋਣਾ ਹੈ, ਮੇਰੇ ਅੰਦਾਜ਼ੇ ਦੇ ਮੁਤਾਬਿਕ ਚੌਥਾ ਸ਼ਾਇਦ ਕਿ ਹੋ ਸਕਦਾ ਹੈ, ਬਾਕੀ ਤੀਸਰਾ ਸੂਆ ਮੱਝ ਨੇ ਸੋਣਾ ਹੈ। ਸੂਨ ਨੂੰ ਰਾਊਂਡ ਅਬਾਊਟ ਬਕੌਲ ਮਾਲਕਾਂ ਦੇ 10 ਦਿਨ, 8 ਤੋਂ 10 ਦਿਨ ਇਨਸ਼ਾਅੱਲਾ ਲੈ ਜਾ ਸੀ। ਪਿਛਲੇ ਦੁੱਧ ਦਾ ਰਿਕਾਰਡ ਉਹ 10 ਦਿਨ ਕਿ ਦੂਸਰੇ ਸੂਏ ਦੇ ਵਿੱਚ ਅਸੀਂ 17-18 ਕਿਲੋ ਆਰਾਮ ਨਾਲ ਬਿਲਕੁਲ ਹੈ ਸਿੰਪਲ ਪੱਠਿਆਂ 'ਤੇ, ਜਿਵੇਂ ਹੁਣ ਤੁਸੀਂ ਖੁਦ ਚਰਾਈ 'ਤੇ, ਕੋਈ ਖਲ ਨਹੀਂ, ਕੋਈ ਚੋਕਰ ਨਹੀਂ, ਕੋਈ ਵੰਡਾ ਨਹੀਂ, ਸਿੰਪਲ ਪੱਠਿਆਂ 'ਤੇ ਇਹਦੇ ਦੁੱਧ ਦੀ ਚਵਾਈ 17-18 ਕਿਲੋ, 19 ਕਿਲੋ ਤੱਕ ਵੀ ਕਰਦੇ ਰਹਿਣ। ਬਾਕੀ ਹੁਣ ਮਾਸ਼ਾਅੱਲਾ ਤੁਸੀਂ ਖੁਦ ਦੇਖ ਰਹੇ ਹੋ, ਮਾਸ਼ਾਅੱਲਾ ਬੜਾ ਖੂਬਸੂਰਤ ਲਿਬਾਸ ਬਣਾਇਆ ਹੋਇਆ, ਥਨ ਮੁੱਠੀ ਭਰ ਲੱਗਿਆ ਹੋਇਆ, ਲੰਬਾਈ ਦੇ ਵਿੱਚ ਮੁੱਠੀ ਭਰ ਥਨ ਹੈ, ਲਿਬਾਸ ਮਾਸ਼ਾਅੱਲਾ ਬੜਾ ਪਿਆਰਾ, ਜਿਸਮ ਤਾਕਤਵਰ ਹੈ, ਔਰ ਦੁੱਧ ਵਾਲੀ ਮੈਂ ਜਿਹਨੂੰ ਬੋਲਦੇ ਨੇ ਦੁੱਧ ਵਾਲੀ ਨਸਲੀ ਮੈਂ, ਮੂੰਹ ਮਾਸ਼ਾਅੱਲਾ ਖੂਬਸੂਰਤ ਹੈ, ਸੋ ਬਾਕੀ ਸਿੰਘਾਂ ਦੀ ਖੁੱਲ੍ਹੀ ਸਾਦੀ, ਸਿੰਘਾਂ ਦੀ ਸਿਆਦੀ ਹੈ। ਅਤੇ ਅਗਰ ਕੋਈ ਦੋਸਤ ਇਹ ਪਸੰਦ ਕਰਦਾ ਹੈ ਮੱਝ ਦੁੱਧ ਦੇ ਲਿਹਾਜ਼ ਨਾਲ, ਗਵਾਲ ਦੇ ਲਿਹਾਜ਼ ਨਾਲ, ਜਾਂ ਫਿਰ ਆਪਣਾ ਅਗਰ ਕੋਈ ਦੋਸਤ ਗਾਰੇ 'ਚ ਰੱਖਣਾ ਚਾਹੁੰਦਾ ਹੈ, ਤਾਂ ਮਾਸ਼ਾਅੱਲਾ ਬੜੀ ਹੀ ਖੂਬਸੂਰਤ ਅਤੇ ਦੁੱਧ ਵਾਲੀ ਮੱਝ ਹੈ, ਸਿਰਫ਼ ਔਰ ਸਿਰਫ਼ ਸਿੰਘਾਂ ਦੀ ਸਾਦੀ ਹੈ, ਹੋਰ ਕੋਈ ਐਬ ਨਹੀਂ ਹੈ, ਥਨਾਂ ਵੱਲੋਂ ਨਹੀਂ ਐਬ ਹੈ, ਔਰ ਕੋਈ ਲਿਬਾਸ ਵੱਲੋਂ ਥਨਾਂ ਦੀ ਬਿਲਕੁਲ ਚੁਆਈ ਅਸੀਂ ਪੁੱਛੀ ਮਾਲਕਾਂ ਕੋਲ, ਪੋਲੀ ਚੁਆਈ ਦੀ ਜਿਹਨੂੰ ਆਪਾਂ ਬੋਲਦੇ ਹਾਂ, ਬਿਲਕੁਲ ਮਾਸ਼ਾਅੱਲਾ ਕੋਈ ਛੱਟਾ ਨਹੀਂ, ਕੋਈ ਫੁਆਰ ਨਹੀਂ, ਕੋਈ ਕਿਸੇ ਕਿਸਮ ਦਾ ਐਬ ਨਹੀਂ, ਬਾਕੀ ਮਾਸ਼ਾਅੱਲਾ ਸੀਲ ਸਊ ਮੱਝ, ਸ਼ਰਾਫ ਮੱਝ ਤੁਹਾਡੇ ਸਾਹਮਣੇ ਆ ਫਿਰ ਰਹੀ ਹੈ, ਔਰ ਹਰ ਕਿਸਮ ਦਾ ਮਤਲਬ ਕਿ ਜਿਵੇਂ ਦੀ ਤੁਸੀਂ ਕੋਈ ਚੀਜ਼ ਖਿਲਾਉਣਾ ਚਾਹੋ, ਖਲ ਵੰਡਾ ਚੋਕਰ ਖਾਣ ਵਾਸਤੇ ਤਿਆਰ ਹੈ। ਮਕਸੂਦ ਅਹਿਮਦ ਨਾਮ ਹੈ ਬਾਈ ਦਾ, ਨੰਬਰ ਉਹਨਾਂ ਦਾ 0348-9496-7733 ਨੰਬਰ ਹੈ, ਡਿਮਾਂਡ ਮੱਝ ਦੀ 2,25,000 ਰੁਪਈਆ। ਅਗਰ ਕਿਸੇ ਦੋਸਤ ਨੂੰ ਬਾਈ ਨੂੰ ਪਸੰਦ ਆਉਂਦੀ, ਸਾਡਾ ਨੰਬਰ ਸਕਰੀਨ 'ਤੇ ਆ ਰਿਹਾ, ਵਟਸਐਪ ਨੰਬਰ ਵੀ ਵੈਸੇ ਵੀ, ਅਤੇ ਮਾਲਕ ਦਾ ਨੰਬਰ ਅਸੀਂ ਦੱਸ ਦਿੱਤਾ, ਅਗਰ ਕਿਸੇ ਬਾਈ ਨੂੰ ਪਸੰਦ ਆਉਂਦੀ ਕੋਈ ਘਰ ਵਾਸਤੇ ਜਾਂ ਕੋਈ ਦੁੱਧ ਵਾਸਤੇ ਕੋਈ ਗਵਾਲ ਵਾਸਤੇ ਖਰੀਦਣਾ ਚਾਹੁੰਦਾ, ਤਾਂ ਬਾਈ ਦੇ ਨਾਲ ਜਾਂ ਸਾਡੇ ਨਾਲ ਰਾਬਤਾ ਕਰਕੇ, ਔਰ ਇਨਸ਼ਾਅੱਲਾ ਇਹਦੇ ਵਿੱਚ ਵੀ ਪਿਆਰ ਮੁਹੱਬਤ ਹੋ ਜਾ ਸੀ। 2,25,000 ਰੁਪਈਆ ਮੱਝ ਦੀ ਡਿਮਾਂਡ ਹੈ ਦੋਸਤੋ, ਅਗਰ ਕੋਈ ਦੋਸਤ ਪਿਓਰ ਰਾਵੀ ਨਸਲ ਦੀ ਦੁੱਧ ਵਾਸਤੇ ਮੱਝ ਖਰੀਦਣਾ ਚਾਹੁੰਦਾ ਤਾਂ ਤੁਸੀਂ ਰਾਬਤਾ ਕਰ ਸਕਦੇ ਹੋ, ਸਾਡੇ ਕੋਲ ਹੋਰ ਵੀ ਪਹਿਲਾਂ ਜੋਟੀਆਂ ਵੀ ਹਨ, ਅਗਰ ਕੋਈ ਦੋਸਤ ਉਹ ਖਰੀਦਣਾ ਚਾਹੁੰਦਾ, ਕੋਈ ਗਾਵਾਂ ਖਰੀਦਣਾ ਚਾਹੁੰਦਾ ਅਤੇ ਉਹ ਵੀ ਸਾਡੇ ਨਾਲ ਰਾਬਤਾ ਕਰਕੇ ਖਰੀਦ ਸਕਦਾ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ
अपने दोस्तों देवो इजाज़त, दुआ में याद रखिएगा, अल्लाह हाफिज़।